ਜਿੰਨੇ ਵੀ ਸਾਡੇ ਦਰਸ਼ਕ ਸਾਡੇ ਸਟੂਡੈਂਟ ਜੀ ਕੈਨੇਡਾ ਆਸਟ੍ਰੇਲੀਆ ਯੂਕੇ ਜਾਣ ਦੇ ਚਾਹਵਾਨ ਤੁਸੀਂ ਸਿੰਗਲ ਐਪਲੀਕੈਂਟ ਹੋ ਚਾਹੇ ਤੁਸੀਂ ਸਪਾਊਸ ਦੇ ਨਾਲ ਜਾਣਾ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਮੌਕਾ ਮਿਲਦਾ ਹੈ ਬਸ਼ਰਤੇ ਕਿ ਹਾਂਜੀ ਆਪਣੀ ਪੜ੍ਹਾਈ ਦੱਸਣੀ ਹੁੰਦੀ ਹੈ ਕਿਹੜੇ ਸਾਲ ਪਾਸ ਆਊਟ ਕਿੰਨੇ ਪੜ੍ਹੇ ਹੈਗੇ ਆ ਕਿੰਨੇ ਨੰਬਰ ਆਏ ਨੇ ਅਗਰ ਆਇਲਟਸ ਕੀਤੀ ਹੈ ਤਾਂ ਕਿੰਨੇ ਬੈਨ ਨੇ ਹੁਣ ਆਇਲਟਸ ਦਾ ਜਿਹੜਾ ਇਫੈਕਟ ਹੈ ਜੀ ਉਹ ਸਾਡੀ ਪ੍ਰੋਫਾਈਲ ਦੇ ਉੱਤੇ ਪੈਂਦਾ ਹੈਗਾ ਵੀਜ਼ਾ ਲੈਣ ਦੇ ਵਿੱਚ ਇੰਪੈਕਟ ਕ੍ਰੀਏਟ ਕਰਦਾ ਜਾਂ ਫਿਰ ਨਹੀਂ ਇਹ ਸਾਰੀਆਂ ਗੱਲਾਂ ਦਾ ਜਵਾਬ ਤੁਹਾਨੂੰ ਮਿਲੇਗਾ ਜੀ ਅੱਜ ਦੇ ਸ਼ੋਅ ਦੇ ਵਿੱਚ ਸੋ ਗੁਰਪ੍ਰੀਤ ਮੈਮ ਸਭ ਤੋਂ ਪਹਿਲਾਂ ਕੈਨੇਡਾ ਸਟੱਡੀ ਵੀਜ਼ਾ ਮਾਹੌਲ ਕੀ ਚੱਲ ਰਿਹਾ ਇਸ ਵੇਲੇ ਕੈਨੇਡਾ ਦਾ ਸਟੂਡੈਂਟਸ ਪੁੱਛ ਰਹੇ ਨੇ ਸਪਟੰਬਰ ਇਨਟੇਕ ਨੂੰ ਲੈ ਕੇ ਐਡਮਿਸ਼ਨਸ ਹੋ ਰਹੀਆਂ ਨੇ ਜਾਂ ਫਿਰ ਨਹੀਂ ਬਚਿਆ ਕੁਝ ਉਹਨਾਂ ਵਾਸਤੇ ਕਵਿਤਾ ਜੀ ਸਤੰਬਰ ਇਨਟੇਕ ਲਈ ਲਿਮਿਟਡ ਸੀਟਸ ਰਹਿ ਗਈਆਂ ਨੇ ਬਹੁਤ ਘੱਟ ਕਾਲਜਸ ਔਰ ਕੈਂਪਸ ਨੇ ਇਸ ਟਾਈਮ ਜਿੱਥੇ ਸਤੰਬਰ ਇਨਟੇਕ ਲਈ ਐਡਮਿਸ਼ਨਸ ਮਿਲ ਰਹੀਆਂ ਨੇ ਅਤੇ ਹੁਣ ਆਪਾਂ ਅੱਗੇ ਗੱਲ ਕਰਾਂਗੇ ਜਨਵਰੀ 2023 ਦੀ ਜਿੱਥੇ ਅੱਜ ਐਡਮਿਸ਼ਨਸ ਜਿਹੜੀਆਂ ਸਟਾਰਟਅਪ ਹੋ ਚੁੱਕੀਆਂ ਨੇ ਕੰਡੀਸ਼ਨਲ ਔਫਰ ਲੈਟਰ ਤੁਸੀਂ ਮੰਗਾ ਕੇ ਰੱਖ ਸਕਦੇ ਹੋ ਨਵਾਂ ਸਾਲ ਹੈ ਨਵੇਂ ਸਾਲ ਦੇ ਵਿੱਚ ਜਿਹੜੇ ਬੱਚਿਆਂ ਨੇ ਅਪਲਾਈ ਕਰਨਾ ਹੁੰਦਾ ਹੈ 2023 ਵਾਲੇ ਅੱਜ ਤੋਂ ਹੀ ਆਪਣੀਆਂ ਪਲੈਨਿੰਗ ਕਰ ਲਓ 2022 ਦੇ ਵਿੱਚ ਜਿਹੜੀਆਂ ਅਸੀਂ ਗਲਤੀਆਂ ਕੀਤੀਆਂ ਆਪਾਂ 2023 ਜਨਵਰੀ ਇਨਟੇਕ ਦੇ ਵਿੱਚ ਉਹ ਗਲਤੀਆਂ ਨਾ ਦੁਹਰਾਈਏ ਟਾਈਮਲੀ ਅਪਲਾਈ ਕਰੀਏ ਡਿਲੇ ਨਾ ਕਰੀਏ ਕਿਉਂਕਿ ਦੋ ਹੀ ਸਵਾਲ ਹੁੰਦੇ ਬੱਚੇ ਦੇ ਇਸ ਇਨਟੇਕ 'ਚ ਐਡਮਿਸ਼ਨ ਹੋ ਜਾਏਗੀ ਵੀਜ਼ਾ ਗ੍ਰਾਂਟ ਹੋ ਜੂਗਾ ਕਿ ਨਹੀਂ ਹੋ ਜੂਗਾ ਇਸ ਟਾਈਮ ਕਿਵੇਂ ਚੱਲ ਰਿਹਾ ਕਿ ਸਕਸੈਸ ਰੇਟ ਕੀ ਆ ਕਦੀ ਵੀ ਮੈਂ ਸਕਸੈਸ ਰੇਟ ਦੀ ਐਵੇਂ ਜੱਜ ਕਰਕੇ ਨਹੀਂ ਦੱਸ ਸਕਦੀ ਕਿ ਸਤੰਬਰ ਇਨਟੇਕ ਦੇ ਵੀਜ਼ਾ ਜ਼ਿਆਦਾ ਆ ਜਾਂ ਜਨਵਰੀ 'ਚ ਬਹੁਤ ਜ਼ਿਆਦਾ ਵੀਜ਼ਾ ਮਿਲਣ ਵਾਲੇ ਆ ਇੱਕ ਸਸਪੈਂਸ ਕ੍ਰੀਏਟ ਕਰਨਾ ਉਹ ਮੈਨੂੰ ਅੱਛਾ ਨਹੀਂ ਲੱਗਦਾ ਕਿਉਂਕਿ ਅੰਬੈਸੀ ਜਿਸ ਟਾਈਮ ਲੋਕਡਾਊਨ ਸੀ ਕੋਵਿਡ ਦੌਰਾਨ ਜਿਹੜੇ ਬੱਚਿਆਂ ਨੂੰ ਵੀਜ਼ਾ ਦੇਣੇ ਉਸ ਟਾਈਮ ਵੀ ਉਹਨਾਂ ਨੇ ਦਿੱਤੇ ਆ ਇਸ ਟਾਈਮ ਵੀ ਦੇ ਰਿਹਾ ਠੀਕ ਹੈ ਵਿੱਚ ਦੀ ਰਿਫਿਊਜ਼ਲਸ ਆਈਆਂ ਸੀ ਰਿਫਿਊਜ਼ਲ ਦੇ ਕੁਛ ਰੀਜ਼ਨ ਸੀਗੇ ਬਹੁਤ ਸਾਰਾ ਪੈਕੇਜ ਵਾਲਾ ਬੱਚਾ ਸਲਿੱਪ ਬਣਾ ਕੇ ਲਾਈਆਂ ਹੋਈਆਂ ਸੀਗੀਆਂ ਉਸ ਬਿਹਾਵ 'ਤੇ ਜਦੋਂ ਅੰਬੈਸੀ ਦੇ ਵਿੱਚ ਇੱਕ ਤੋਂ ਬਾਅਦ ਚਾਰ ਬੱਚਿਆਂ ਦੀ ਜਿਹੜੀ ਸਲਿੱਪ ਆ ਉਹ ਜੈਨੂਅਨ ਨਹੀਂ ਆ ਅਤੇ ਉੱਥੇ ਵੀਜ਼ਾ ਅਫਸਰ ਕੀ ਕਰੇਗਾ ਜਿੱਥੇ ਚਾਰ ਗਲਤ ਨੇ ਉੱਥੇ ਪੰਜਵਾਂ ਵਿੱਚ ਰਗੜਿਆ ਜਾਊਗਾ ਅਤੇ ਉਹ ਚੀਜ਼ਾਂ ਹੋਈਆਂ ਸੀਗੀਆਂ ਸਕਸੈਸ ਰੇਟ ਦੀ ਗੱਲ ਨੂੰ ਕਦੀ ਵੀ ਆਪਾਂ ਜੱਜ ਨਹੀਂ ਕਰ ਸਕਦੇ ਕਿ ਇਸ ਟਾਈਮ ਵੀਜ਼ਾਸ ਘੱਟ ਮਿਲੇ ਨੇ ਅੱਗੇ ਕੈਨੇਡਾ ਬਹੁਤ ਸਾਰੇ ਵੀਜ਼ਾਸ ਦਊਗਾ ਤੁਹਾਡੇ ਸਾਹਮਣੇ ਆਸਟ੍ਰੇਲੀਆ ਵੀ ਓਪਨ ਹੋਇਆ ਆਸਟ੍ਰੇਲੀਆ ਵੀ ਕੁਛ ਲੀਨੀਅੰਸੀ ਜ਼ਰੂਰ ਦਿੱਤੀ ਆ ਬਟ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਰ ਬੱਚੇ ਨੂੰ ਬਸ ਵੀਜ਼ਾ ਮਿਲ ਜੂਗਾ ਡਾਕੂਮੈਂਟਸ ਦੇ ਦਿਓ ਜੋ ਰੂਲ ਔਰ ਸਿਸਟਮ ਉਹਨੂੰ ਬਿਨਾਂ ਫੋਲੋ ਕੀਤੇ ਆਪਾਂ ਵੀਜ਼ਾ ਗ੍ਰਾਂਟ ਨਹੀਂ ਕਰ ਸਕਦੇ ਜੀ